ਸਤਿ ਸ਼੍ਰੀ ਅਕਾਲ ਜੀ। ਚੰਦ ਗੱਲਾਂ ਉਹਨਾਂ ਟਰੱਕ ਡਰਾਈਵਰਾਂ ਵਾਸਤੇ ਜਿਹੜੇ ਇਸ ਔਖੀ ਘੜੀ 'ਚ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਆ, ਐਮਰਜੈਂਸੀ 'ਚ ਆਏ ਜੋ ਘਰ ਬਾਰ ਛੱਡ ਕੇ, ਇਹ ਆਮ ਨਹੀਂ ਹੋ ਬੰਦੇ, ਜਿਹੜੇ ਸੜਕਾਂ 'ਤੇ ਆਏ ਪਰਿਵਾਰ ਛੱਡ ਕੇ, ਇਹ ਆਮ ਨਹੀਂ ਹੋ ਬੰਦੇ। ਅੱਜ ਰੋਡਾਂ ਉੱਤੇ ਕਿਸੇ ਦੀ ਕੋਈ ਕਾਰ ਨਾ ਥਿਆਵੇ, ਨਾ ਕਿਸੇ ਨੂੰ ਹੈ ਤੇਜ਼ੀ, ਨਾ ਕੋਈ ਹਾਰਨ ਵਜਾਵੇ, ਸੋਨੂੰ ਲੱਗਦਾ ਹੁੰਦਾ ਸੀ ਜੋ ਐਵੇਂ ਟਰੱਕ ਜਿਹਾ ਚਲਾਉਂਦਾ, ਦੇਖਣ ਨੂੰ ਲੱਗੇ ਦੇਸੀ, ਜਿਹਨੂੰ ਬੋਲਣਾ ਨਹੀਂ ਆਉਂਦਾ, ਤੁਹਾਡੇ ਵਾਸਤੇ ਉਹ ਲਈ ਆਉਂਦਾ ਖਾਣ ਦਾ ਸਮਾਨ ਲੱਦ ਕੇ, ਇਹ ਆਮ ਨਹੀਂ ਹੋ ਬੰਦੇ, ਜਿਹੜੇ ਸੜਕਾਂ 'ਤੇ ਆਏ ਪਰਿਵਾਰ ਛੱਡ ਕੇ, ਇਹ ਆਮ ਨਹੀਂ ਹੋ ਬੰਦੇ। ਲੋਕ ਮਜ਼ਾਕ ਵਿੱਚ ਸਾਨੂੰ ਸੀ ਬਥੇਰਾ ਕੁਝ ਕਹਿੰਦੇ, ਅਸੀਂ ਸਮੁੰਦਰਾਂ ਤੋਂ ਡੂੰਘੇ ਸਭ ਕੁਝ ਜਰ ਲੈਂਦੇ, ਇੰਨੀ ਸੌਖੀ ਨਹੀਂ ਹੋ ਸਾਡੇ ਵਾਲੀ ਜ਼ਿੰਦਗੀ ਜਿਉਣੀ, ਕੀ ਪਤਾ ਕਿਹੜੇ ਮੋੜ ਉੱਤੇ ਮੌਤ ਪੈ ਜੇ ਵਿਆਹਣੀ, ਅਸੀਂ ਸੀਟਾਂ ਉੱਤੇ ਬੈਠੇ ਦਿਲ ਵਿੱਚੋਂ ਮੌਤ ਵਾਲਾ ਡਰ ਕੱਢ ਕੇ, ਇਹ ਆਮ ਨਹੀਂ ਹੋ ਬੰਦੇ, ਜਿਹੜੇ ਸੜਕਾਂ 'ਤੇ ਆਏ ਪਰਿਵਾਰ ਛੱਡ ਕੇ, ਇਹ ਆਮ ਨਹੀਂ ਹੋ ਬੰਦੇ। ਬੇਫਿਕਰ ਹੋ ਕੇ ਬੈਠੋ, ਕੋਈ ਤੋੜਾ ਨਹੀਂ ਹੋ ਆਉਣਾ, ਇਹ ਸਾਡੀ ਜ਼ਿੰਮੇਵਾਰੀ ਤੁਹਾਨੂੰ ਰੱਜ ਕੇ ਖਵਾਉਣਾ, ਅਸੀਂ ਭਾਵੇਂ ਮਰ ਜਾਈਏ ਪਿੱਛੇ ਪੈਰ ਨਾ ਹਟਾਈਏ, ਜਦੋਂ ਮੈਦਾਨ ਵਿੱਚ ਇੱਕ ਵਾਰੀ ਖੜ ਜਾਈਏ ਗੱਜ ਕੇ, ਇਹ ਆਮ ਨਹੀਂ ਹੋ ਬੰਦੇ, ਜਿਹੜੇ ਸੜਕਾਂ 'ਤੇ ਆਏ ਪਰਿਵਾਰ ਛੱਡ ਕੇ, ਇਹ ਆਮ ਨਹੀਂ ਹੋ ਬੰਦੇ। ਸਾਡਾ ਵੀ ਤਾਂ ਕਰੇ ਜੀ, ਬੱਚਿਆਂ 'ਚ ਬੈਠ ਜਾਈਏ, ਅਸੀਂ ਵੀ ਤਾਂ ਦਿਲੋਂ ਚਾਹੁੰਦੇ ਖੂਬ ਜ਼ਿੰਦਗੀ ਹੰਢਾਈਏ, ਜਦੋਂ ਆਉਂਦਾ ਘਰੋਂ ਫੋਨ, ਨਿਆਣੇ ਲੱਗ ਪੈਂਦੇ ਰੋਣ, ਉਹਨੂੰ ਲਾਰਾ ਲਾ ਕੇ ਆਈਏ, ਪੁੱਤ ਹੁਣੇ ਆਏ ਐਲੇ ਕੋਲੋਂ ਗੇੜਾ ਕੱਢ ਕੇ, ਇਹ ਆਮ ਨਹੀਂ ਹੋ ਬੰਦੇ, ਜਿਹੜੇ ਸੜਕਾਂ 'ਤੇ ਆਏ ਪਰਿਵਾਰ ਛੱਡ ਕੇ, ਇਹ ਆਮ ਨਹੀਂ ਹੋ ਬੰਦੇ। ਕੁਲਵੀਰ, ਅੱਗੇ ਤੋਂ ਜੇ ਰੋਡ ਉੱਤੇ ਕੋਈ ਟਰੱਕ ਵਾਲਾ ਮਿਲੇ, ਐਵੇਂ ਕਰਿਆ ਨਾ ਕਰ, ਕੋਈ ਉਹਦੇ ਨਾਲ ਗਿਰੇ, ਉਹਨੂੰ ਹੱਸ ਕੇ ਬੁਲਾਵੀਂ, ਹੱਥ ਬਾਰੀ 'ਚੋਂ ਹਿਲਾਵੀਂ, ਕੋਲੋਂ ਲੰਘ ਜਾਵੀਂ, ਨਾ ਪਹਿਲਾਂ ਵਾਂਗੂ ਗਾਲ ਕੱਢ ਕੇ, ਇਹ ਆਮ ਨਹੀਂ ਹੋ ਬੰਦੇ, ਜਿਹੜੇ ਸੜਕਾਂ 'ਤੇ ਆਏ ਪਰਿਵਾਰ ਛੱਡ ਕੇ, ਇਹ ਆਮ ਨਹੀਂ ਹੋ ਬੰਦੇ। ਐਮਰਜੈਂਸੀ 'ਚ ਜੋ ਫਿਰਦੇ ਨੇ ਘਰ ਬਾਰ ਛੱਡ ਕੇ, ਇਹ ਆਮ ਨਹੀਂ ਹੋ ਬੰਦੇ। ਧੰਨਵਾਦ ਦੋਸਤੋ।